जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਹੈ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ? ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਆਊਟ ਐਕਸਰਸਾਈਜ਼, ਵਿਦਆਊਟ ਮੈਡੀਸਿਨ, ਵਿਦਆਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 to 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ। ਸਿੰਗਲਾ ਸਲਿਮਿੰਗ ਕਲੀਨਿਕ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੈਰੀ ਵੱਲੋਂ ਕੀ ਹਾਲ ਚਾਲ ਨੇ ਜੀ? ਹੋਪ ਸਾਰੇ ਠੀਕ ਠਾਕ ਹੋਵੋਗੇ ਜੀ। ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਤੁਹਾਡਾ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਜੀ SKB DAV ਸਕੂਲ ਫਾਜ਼ਿਲਕਾ ਦੇ ਵਿੱਚ। ਸੋ ਬੱਚੇ ਕਰ ਰਹੇ ਨੇ ਇੰਤਜ਼ਾਰ, ਆਓ ਕਰਦੇ ਹਾਂ ਬੱਚੇ ਨਾਲ ਗੱਲਾਂ ਬਾਤਾਂ। ਆਜੋ ਜੀ। ਸੋ ਬੱਚੇ ਬੜੇ ਪਿਆਰੇ ਨੇ, ਜਿਹੜੇ ਬੜਾ ਪਿਆਰ ਕਰਦੇ, ਜਿਹੜਾ ਇੰਨਾ ਗਰਮੀ ਦੇ ਵਿੱਚ ਖੜੇ, ਹੈ ਨਾ। ਮੈਂ 2-4 ਵਾਰ ਪੁੱਛਿਆ ਗਰਮੀ ਲੱਗਦੀ ਤਾਂ ਨਹੀਂ, ਇੰਨੀ ਗਰਮੀ ਹੋਣ ਦੇ ਬਾਵਜੂਦ ਕਹਿੰਦੇ ਵੀ ਨਹੀਂ ਲੱਗਦੀ। ਅੱਛੀ ਗੱਲ ਹੈ, ਵੈਸੇ ਲੱਗਣੀ ਵੀ ਨਹੀਂ ਚਾਹੀਦੀ, ਹੈ ਨਾ। ਬਾਈ ਨੇ ਗਿਟਾਰ ਚੱਕੀ। ਆ ਜਾ ਮੇਰਾ ਵੀਰ, ਆ ਜਾ ਆ ਜਾ ਆ ਜਾ, ਉਹ ਇੱਥੇ ਕੱਢ ਲੈ ਗਿਟਾਰ, ਆ ਜਾ ਉਰੇ ਆ ਜਾ, ਆਪਾਂ ਇਕੱਠੇ ਖੋਲਦੇ ਹਾਂ ਤੁਹਾਨੂੰ। ਕੀ ਹਾਲ ਚਾਲ ਹੈ? ਬੜੀਆ ਸਰ, ਠੀਕ ਠਾਕ। ਹਾਂਜੀ। ਇਹ ਕੀ ਪਰਫਾਰਮ ਕਰੋਗੇ ਸਰ? ਸੌਂਗ ਕਰੋਗੇ? ਹਿੰਦੀ ਸੌਂਗ। ਹਿੰਦੀ ਸੌਂਗ ਕਰੋਗੇ? ਆ ਜਾਓ। ਇੰਗਲਿਸ਼ ਆਤਾ ਕਿ ਨਹੀਂ ਆਤਾ? ਨਹੀਂ ਸਰ। ਇਸਮੇ ਕਿਆ ਹੈ ਸਰ? ਇਸਮੇ ਕੁਛ ਨਹੀਂ ਹੈ। ਅੱਛਾ, ਐਸੀ ਕਿਆ? ਕੌਣ ਸੇ ਵਾਲਾ ਸੌਂਗ ਕਰੋਗੇ ਸਰ? ਮਾਹੀ ਦੇ। ਇਹ ਰੱਖ ਦੂੰਗੇ, ਇਹ ਪਕੜੋ ਥੋੜਾ। ਮਾਹੀ ਦੇ ਯੈਸ, ਮੁਹੱਬਤਾਂ ਸੱਚੀਆਂ ਨੇ ਯੈਸ। ਓਕੇ, ਗੁੱਡ। ਤੁਝੇ ਚਾਹ ਰੱਬ ਸੇ ਵੀ ਜ਼ਿਆਦਾ, ਤੁਝੇ ਚਾਹ ਰੱਬ ਸੇ ਵੀ ਜ਼ਿਆਦਾ, ਯੇ ਤੇਰੇ ਦਿਲ ਮੇਂ ਮਗਰ, ਤੇਰੀ ਧੜਕਨ ਨਾ ਜਾ ਸਕੇ, ਕੇ ਵੀ ਟੁੱਟੀ ਰਹੀ ਇਸ਼ਕੀ ਬੋਲੀ, ਇਸ ਤੋਂ ਸੁਣਾਏ ਜਾ ਕੇ ਤੁਮੇ ਦੁਕਾ ਸ਼ੋਰ ਮੇ, ਮਾਹੀ ਨੇ ਮੁਹੱਬਤਾਂ ਸੱਚੀਆਂ ਨੇ, ਮਾਹੀ ਨੇ ਮੁਹੱਬਤਾਂ ਸੱਚੀਆਂ ਨੇ, ਕਿਸਮਤ ਦੇ ਮਾਰੇ ਅਸੀਂ ਕੀ ਕਰੀਏ,
ਕਿਸਮਤ ਦੇ ਮਾਰੇ ਅਸੀਂ ਕੀ ਕਰੀਏ, ਕਿਸਮਤ ਦੇ ਮਾਰੇ ਓ ਅਸੀਂ ਕੀ ਕਰੀਏ, ਕਿਸਮਤ ਦੇ ਕਿਸਦਾ ਜ਼ੋਰ ਮਾਹੀ ਵੇ ਮਾਹੀ ਵੇ ਮਾਹੀ ਵੇ ਬਾਲ ਯਾ ਸ਼ੋਰ ਬਾਲ ਕਹਿੰਦੇ ਆ ਬਾਊਲ ਬਾਊਲ ਹਾਂਜੀ ਬਾਊਲ ਇਟਸ ਬਾਊਲ ਇਟਸ ਬਾਊਲ ਯੈਸ ਹਜੇ ਵੀ ਸੋਚ ਲਓ ਬਾਊਲ ਬਾਊਲ ਕਹਿੰਦੇ ਆ ਚਲੋ ਮੈਂ ਲਾਸਟ ਦੱਸੂਗਾ ਕੀ ਕਹਿੰਦੇ ਫਿਰ ਠੀਕ ਹੈ ਓਕੇ ਥੈਂਕ ਯੂ ਸੋ ਮਚ ਥੈਂਕ ਯੂ ਕੀ ਹਾਲ ਚਾਲ ਹੈ ਵਧੀਆ ਸਰ ਠੀਕ ਠਾਕ ਹੋ ਹਾਂਜੀ ਡਰ ਜੇ ਕਿਉਂ ਰਹੇ ਸੀਗੇ ਨਹੀਂ ਸਰ ਅੱਛਾ ਉਦਾਂ ਹੀ ਖੜੇ ਸੀ ਪੜ੍ਹਾਈ ਠੀਕ ਚੱਲਦੀ ਹੈ ਹਾਂਜੀ ਬੀ ਓ ਡਬਲਯੂ ਐਲ ਇਹਨੂੰ ਕੀ ਕਹਿੰਦੇ ਆ ਬਾਊਲ ਬਾਊਲ ਸ਼ੋਰ ਹੋ ਹਾਂਜੀ ਨਹੀਂ ਵੈਸੇ ਕੁਛ ਹੋਰ ਕਹਿੰਦੇ ਇਹਨੂੰ ਪ੍ਰੋਨਾਂਸ ਕੁਛ ਹੋਰ ਕਰਦੇ ਆ ਨਹੀਂ ਸਰ ਬਾਊਲ ਹੀ ਕਹਿੰਦੇ ਸ਼ੋਰ ਆ ਤੁਸੀਂ ਚਲੋ ਫਿਰ ਮੈਂ ਦੱਸ ਕੇ ਜਾਊਂਗਾ ਇਹਨੂੰ ਕਹਿੰਦੇ ਕੀ ਆ ਰੁਕਦੇ ਰੁਕਦਾ ਜਾਣਾ ਨਹੀਂ ਕਿਤੇ ਗਾਣਾ ਉਹਦਾ ਭੰਗੜਾ ਉਹਦਾ ਓਕੇ ਇਹੋ ਜਿਹੀ ਕਿਹੜੀ ਚੀਜ਼ ਜ਼ਿੰਦਗੀ ਸੋਚੀ ਸੀ ਵੀ ਵੱਡੇ ਹੋ ਕੇ ਮੈਂ ਨਹੀਂ ਕਰਨੀ ਸੋਚਿਆ ਕੁਛ ਵੀ ਨਹੀਂ ਕਰਨਾ ਕਰਨ ਬਾਰੇ ਤਾਂ ਬਹੁਤ ਸੋਚਦੇ ਆ ਵੀ ਮੈਂ ਉਹ ਵੀ ਕਰਨਾ ਆਹ ਵੀ ਕਰਨਾ ਇਹ ਵੀ ਕਰਨਾ ਤੁਸੀਂ ਕੀ ਸੋਚਿਆ ਵੀ ਵੱਡੇ ਹੋ ਕੇ ਆਹ ਚੀਜ਼ ਨਹੀਂ ਕਰਨੀ ਸੋਚਿਆ ਹੀ ਨਹੀਂ ਜੋ ਆਇਆ ਕਰ ਲੈਣਾ ਮਾੜਾ ਹੋਵੇ ਚੰਗਾ ਹੋਵੇ ਠੀਕ ਹੈ ਥੈਂਕ ਯੂ ਠੀਕ ਠਾਕ ਹੋ ਪੜ੍ਹਾਈ ਵਧੀਆ ਚੱਲਦੀ ਹੈ ਗਰਮੀ ਲੱਗ ਰਹੀ ਹੈ ਵੈਸੇ ਕਿੰਨੀ ਕੁ ਹਵਾ ਨੀ ਚੱਲ ਰਹੀ ਮੈਂ ਗਲਤੀ ਕੀਤੀ ਪੱਖੀ ਨਾਲ ਲੈ ਕੇ ਆਉਣੀ ਹੈ ਨਾ ਨਾਲ ਪੱਖੀ ਕਰ ਰਹਾ ਹਵਾ ਹਾਂਜੀ ਫਰਾਟਾ ਫਰਾਟਾ ਕਹਿੰਦਾ ਨਾਲ ਲੈ ਆਉਣਾ ਸੀ ਫਰਾਟਾ ਕਹਾਂ ਸੇ ਮਿਲਤਾ ਹੈ ਘਰ ਸੇ ਮਿਲਤਾ ਹੈ ਆਪਕੇ ਘਰ ਮੈਂ ਫਰਾਟਾ ਹੈ ਕਿਤਨਾ ਬੜਾ ਹੈ ਕਿਤਨਾ ਆਪਕੇ ਜਿਤਨਾ ਹੈ ਸਿੱਧਾ ਬੋਲੋ ਨਾ ਮੇਰੇ ਜਿਤਨਾ ਹੈ ਮੇਰੇ ਸੇ ਛੋਟਾ ਹੈ ਥੋੜਾ ਛੋਟਾ ਹੈ ਉਸ ਕਾ ਕੈਸੇ ਯੂਜ਼ ਕਰਤੇ ਉਸਕੋ ਭਾਈ ਪਲੱਗ ਲਗਾ ਕੇ ਉਸ ਲਈ ਚੋਟਾ ਕਹਿੰਦਾ ਪਲੱਗ ਲਗਾ ਕੇ ਬਟਨ ਦਬਾਤੇ ਉਹ ਪਿੱਛੇ ਸਕਮਾ ਦਿੱਤੇ ਪਿੱਛੇ ਸਕਮਾ ਦਿੱਤੇ ਆ ਫਿਰ ਚਲਤਾ ਹੈ ਹਵਾ ਦਿੱਤਾ ਹੈ ਫਿਰ ਅੱਛੀ ਹਵਾ ਦਿੱਤਾ ਹੈ ਯਾਰ ਤੂੰ ਹਾਂਜੀ ਗਰਮ ਕਭੀ ਕਭੀ ਗਰਮ ਕਭੀ ਕਭੀ ਗਰਮ ਹਵਾ ਵੀ ਦਿੱਤਾ ਹੈ ਅੱਛਾ ਬੀ ਓ ਡਬਲਯੂ ਐਲ ਉਸਕੋ ਕਿਆ ਬੋਲਤੇ ਹੈ ਬੋਲ ਬੋਲ ਬੀ ਓ ਡਬਲਯੂ ਐਲ ਬੋਲ 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 ਗਾਣਾ ਵਾਲਾ ਕੋਈ ਸੁਣਾ ਫਿਰ ਅੱਖਾਂ ਉੱਤੇ ਤੇਰੇ ਅਪਰਾਧਾ ਸਜਣਾ ਕਦੇ ਆ ਤੁਹਾਡਾ ਸਜਣਾ ਕਾਲੀ ਰੇਂਜ ਵਿੱਚੋਂ ਰਹਿਣਾ ਵੈਲੀ ਤਾਰਦਾ ਉਹਨੂੰ ਜਰਾ ਸਿਧਾਣੀ ਸਾਡਾ ਸਜਣਾ ਤੇਰੇ ਪਿੱਛੇ ਜਾਗ ਛੱਡ ਆਈ ਚਾਲੀ ਗੋਰੀ ਜੱਟੀ ਗੂਮੇ ਬੈਟਲੀ ਚ ਕਾਲੀ ਪਰਾਡਾ ਅੱਖਾਂ ਲਾ ਕੇ ਦੇਖ ਲੈ ਸਪੈਲਿੰਗ ਹੈ ਜਦੋਂ ਆਪਾਂ ਕੋਈ ਬੀਟੈਕ ਜਾਂ ਡਿਗਰੀ ਕਰਦੇ ਉਹਦੇ ਵਿੱਚ ਇੰਜੀਨੀਅਰ ਬੋਲਿਆ ਜਾਂਦਾ ਪੰਜਾਬੀ ਵਿੱਚ ਆਮ ਹੀ ਆਪਾਂ ਉਹਦੀ ਸਪੈਲਿੰਗ ਬਹੁਤ ਵੱਡੇ ਆ ਮੈਂ ਦੱਸਦਾ ਤਾਂ ਆਪ ਹੀ ਥੱਕ ਜਾਵਾਂਗਾ ਕਈ ਵਾਰੀ ਭੁੱਲ ਵੀ ਸਕਦਾ ਬੰਦਾ ਨਾ ਇੰਜੀਨੀਅਰ ਨੂੰ ਸਹੀ ਪ੍ਰੋਨਾਂਸ ਕੀ ਕਰਦੇ ਆ ਇੰਜੀਨੀਅਰ ਇੰਜੀਨੀਅਰ ਹੀ ਕਹਿੰਦੇ ਆ ਚਲੋ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਆ ਜਾਓ ਠੀਕ ਠਾਕ ਹੋ ਜੀ ਹਾਂਜੀ ਬੜਾ ਭੋਲਾ ਜਿਹਾ ਲੱਗ ਰਿਹਾ ਨਾ ਮੁੰਡਾ ਪਰ ਇਹੋ ਜਿਹੇ ਭੋਲੇ ਸ਼ਰਾਰਤੀ ਹੁੰਦੇ ਆ ਗੋਲੇ ਨਿਕਲਦੇ ਆਵਾਜ਼ ਪਤਾ ਲੱਗਦਾ ਗੱਲ ਕਰਨ ਤੋਂ ਹਨਾ ਘਰੇ ਕਿੱਦਾਂ ਸਾਰੇ ਠੀਕ ਐਡਾ ਸੀਰੀਅਸ ਜੋ ਕੋਈ ਦੇਖੀ ਜਾਂਦਾ ਮੇਰੇ ਵੱਲ ਪੜ੍ਹਾਈ ਵਧੀਆ ਚੱਲਦੀ ਹੈ ਗਾਣਾ ਉਹਦਾ ਕੋਈ ਸੋਚਿਆ ਨਹੀਂ ਕਦੀ ਗਾਣੇ ਬਾਰੇ ਅੱਛਾ ਇਹੋ ਜਿਹੀ ਕੋਈ ਏਮ ਸੋਚਿਆ ਲਾਈਫ ਦੇ ਵਿੱਚ ਸਭ ਸੋਚਦੇ ਮੈਂ ਆਹ ਕਰਨਾ ਉਹ ਕਰਨਾ ਤੁਸੀਂ ਕੋਈ ਸੋਚਿਆ ਵੀ ਆਹ ਨਹੀਂ ਕਰਨਾ ਡਾਕਟਰੀ ਡਾਕਟਰੀ ਨਹੀਂ ਕਰਨੀ ਕਿਉਂ ਡਾਕਟਰੀ ਕੀ ਪ੍ਰੋਬਲਮ ਕੀ ਉਹਦੇ 'ਚ ਫੇਸਬੁੱਕ ਤੋਂ ਵੇਲ ਮਿਲੇ ਤੇ ਸੋਚਣ ਦਾ ਟਾਈਮ ਲੱਗੇ ਅੱਛਾ ਜੀ ਕੋਈ ਗੱਲ ਨਹੀਂ ਹੈ ਬੀ ਓ ਡਬਲਯੂ ਐਲ ਬਾਊਲ ਬਾਊਲ ਸਹੀ ਪ੍ਰੋਨਾਂਸ ਬਾਊਲ ਹੈ ਸ਼ੋਰ ਹੈ ਸ਼ੋਰ ਬਿਲਕੁਲ ਹਾਂਜੀ ਪੀ ਓ ਈ ਐਮ ਪੋਇਮ 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 ਕਿ ਪੋਇਮ ਪੋਇਮ ਨਹੀਂ ਨਹੀਂ ਪਤਾ ਹਜੇ ਹਨਾ ਥੈਂਕ ਯੂ ਹਾਂਜੀ ਆ ਜਾਓ ਬਾਈ ਪਹਿਲੇ ਰੈਡੀ ਬੈਠਾ ਸੀ ਮੈਂ ਕਹਿੰਦਾ ਚਾਰ ਕੁ ਵਾਰੀ ਮੈਂ ਦੇਖ ਲਿਆ ਉਹ ਤਾਂ ਖੜਾ ਖੜਾ ਮੋਸ਼ਨ ਜਿਹਾ ਫੜਦਾ ਫਿਰ ਪਿੱਛੇ ਹੋ ਜਾਂਦਾ ਹਨਾ ਮੈਂ ਪਲਾ ਹੀ ਲਈ ਇਹਨੂੰ ਠੀਕ ਠਾਕ ਹੋ ਵਾਲ ਬੜੇ ਰੱਖੇ ਕਿੱਥੋਂ ਕਰਾਏ ਇਹ ਹੈ ਪਿੱਛੋਂ ਬੋਲਿਆ ਕਹਿੰਦਾ ਮੋਚੀ ਤੋਂ ਕਰਾ ਗਿਆ ਪੜ੍ਹਾਈ ਵਧੀਆ ਚੱਲਦੀ ਪਈ ਹੈ ਪੀ ਓ ਈ ਐਮ ਪੋਇਮ ਪੋਇਮ ਨਹੀਂ ਕੁਛ ਹੋਰ ਕਹਿੰਦੇ ਸ਼ਾਇਦ ਬੀ ਓ ਡਬਲਯੂ ਐਲ ਬਾਊਲ
ਬਾਹੁਲ ਨਹੀਂ, ਇਹਨੂੰ ਵੀ ਕੁਛ ਹੋਰ ਕਹਿੰਦੇ ਆ। ਕੋਈ ਸੋਚਿਆ ਵੀ ਜ਼ਿੰਦਗੀ ਵਿਚਾਰ ਨਹੀਂ ਕਰਨਾ ਲਾਈਫ ਦੇ ਵਿੱਚ? ਨਸ਼ਾ ਨਹੀਂ ਕਰਨਾ। ਨਸ਼ਾ ਨਹੀਂ ਕਰਨਾ, ਵਾਹ, ਕਲੈਪਿੰਗ ਹੈ ਵੀ ਮੁੰਡੇ ਲਈ। ਬੜੀ ਚੰਗੀ ਸੋਚ ਹੈ। ਵੈਸੇ ਵੀ ਨਸ਼ਿਆਂ ਦੇ ਵਿੱਚ ਬੜਾ ਜ਼ਿਆਦਾ ਪੰਜਾਬ ਵਿੱਚ ਕਹਿ ਲਓ ਚਾਹੇ ਹੋਰ ਵੀ ਜਗ੍ਹਾ 'ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਾ, ਇਹ ਬੜੀ ਮਾੜੀ ਲੱਤ ਹੈ, ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਹੈ ਨਾ। ਹੋਰ ਠੀਕ ਠਾਕ ਸਭ? ਗਾਣਾ ਉਹਦਾ ਕੋਈ ਸੁਣਾਓ ਫਿਰ। ਦਿਸ ਸੌਂਗ ਇਜ਼ ਸੈਲਫ ਡੈਕੋਰੇਸ਼ਨ। ਓਕੇ, ਤੁਸੀਂ ਆਪ ਲਿਖਿਆ? ਵਾਹ, ਗੁੱਡ। ਦਿਸ ਸੌਂਗ ਇਜ਼ ਡੈਡ ਟੂ ਡੈਡੀਕੇਟਡ ਟੂ ਮਾਈ ਫਾਦਰ। ਓਕੇ, ਡੈਡੀਕੇਟਡ ਟੂ ਯੂਅਰ ਫਾਦਰ। ਓਕੇ, ਥੈਂਕ ਯੂ। ਜਿਹਦੇ ਮੋਢਿਆਂ ਤੇ ਬਹਿ ਕੇ ਕੱਲ ਵੇਖਿਆ ਸੀ ਜੱਗ, ਜਿਹਦੇ ਮੋਢਿਆਂ ਤੇ ਬਹਿ ਕੇ ਕੱਲ ਵੇਖਿਆ ਸੀ ਜੱਗ, ਅੱਜ ਸ਼ਿਫਟਾਂ 'ਚ ਜਾਂਦੇ ਇੱਥੇ ਹੱਡ ਟੁੱਟਦੇ। ਮਾਂ ਹੁੰਦੀ ਐ ਸਿਆਣੀ ਐ ਤਾਂ ਜੱਗ ਜਾਣਦਾ, ਪਰ ਬਾਪੂ ਬਾਰੇ ਕਾਤੋਂ ਨਹੀਂ ਉਹ ਸਾਰੇ ਪੁੱਛਦੇ। ਮਾਂ ਹੁੰਦੀ ਐ ਸਿਆਣੀ ਐ ਤਾਂ ਜੱਗ ਜਾਣਦਾ, ਮੈਨੂੰ ਡਰ ਲੱਗ ਰਿਹਾ ਸੀਗਾ ਵੀ ਉਹ ਤੁਰਦਾ ਤੁਰਦਾ ਕੈਮਰੇ 'ਚ ਨਾ ਵੜ ਜਾਏ, ਖਿੱਚ ਕੇ ਬਾਹਰ ਕੱਢਣਾ ਪਾਓ, ਆ ਜਾ ਬਾਹਰ ਭਰਾ, ਹੋਰ ਵੀ ਕਿਸੇ ਨੂੰ ਆਉਣ ਦੇ, ਹਨਾ। ਥੈਂਕ ਯੂ ਵੀਰੇ, ਬਹੁਤ ਸੋਹਣਾ, ਥੈਂਕ ਯੂ ਸੋ ਮਚ, ਥੈਂਕ ਯੂ। ਠੀਕ ਠਾਕ ਹੋ? ਕੀ ਨਾਮ ਤੁਹਾਡਾ? ਖੁਸ਼ੀ। ਖੁਸ਼ੀ, ਕੁੜੀ ਹੱਸੀ ਵੀ ਜਾਂਦੀ, ਨਾ ਵੀ ਸੋਹਣਾ ਨਾ ਖੁਸ਼ੀ, ਬਹੁਤ ਵਧੀਆ, ਹਨਾ। ਪੜ੍ਹਾਈ ਠੀਕ ਚੱਲਦੀ ਹੈ? ਅੱਛਾ, POEM ਪੋਇਮ, ਪੋਇਮ, ਸ਼ੋਰ। ਵੈਸੇ ਪ੍ਰੋਨਾਊਂਸ ਕੁਛ ਹੋਰ ਹੁੰਦਾ ਇਹ? ਨਹੀਂ, ਪੋਇਮ। ਮੈਂ ਬਹੁਤ ਜ਼ੋਰ ਲਾਇਆ ਵੀ ਸੋਚ ਲਵਾਂ, ਪਰ ਮੈਨੂੰ ਪਤਾ ਵੀ ਪ੍ਰੋਨਾਊਂਸ ਕੁਛ ਹੋਰ ਹੁੰਦਾ, ਪੋਇਮ ਨਹੀਂ ਕਹਿੰਦੇ ਇਹਨੂੰ। ਨਹੀਂ, ਪੋਇਮ ਹੀ ਕਹਿੰਦੇ, ਪੋਇਮ ਹੀ ਕਹਿੰਦੇ ਆ। ਕੁੜੀਆਂ ਵੈਸੇ ਵੀ ਜਿੱਦੀ ਹੁੰਦੀਆਂ ਮੰਨਦੀਆਂ ਨਹੀਂ ਹੁੰਦੀਆਂ। ਆਹੀ ਹੈ, ਆਹੀ ਹੈ, ਆਹੀ ਹੈ, ਹੈ ਨਾ। BOWL ਬਾਊਲ, ਬਾਊਲ, ਇਹ ਵੀ ਕੁਛ ਹੋਰ ਹੈ? ਨਹੀਂ, ਇਹਨੂੰ ਵੀ ਬਾਊਲ ਹੀ ਕਹਿੰਦੇ। ਹਜੇ ਵੀ ਸੋਚ ਲਾ ਭੈਣੇ, ਬਾਊਲ ਹੀ ਕੁਛ ਹੋਰ ਹੋਣਾ ਜੀ। POEM ਪੋਇਮ, ਪੋਇਮ, ਨਹੀਂ ਨਹੀਂ ਹੈ, ਮੈਨੂੰ ਪਤਾ ਨਹੀਂ, ਪੋਇਮ ਧੱਕੇ ਨਾਲ ਹੀ ਪੋਇਮ ਹੈ। BOWL ਬਾਊਲ, ਬਾਊਲ, ਸ਼ੋਰ, ਬਾਊਲ, ਨਹੀਂ ਬਾਊਲ ਵੀ ਨਹੀਂ ਹੈ, ਇਹ ਵੀ ਕੁਛ ਹੋਰ ਹੈ। ਅੱਛਾ, ਇੱਕ ਇੰਜੀਨੀਅਰ ਵਰਡ ਹੈ, ਇੰਜੀਨੀਅਰ ਨੂੰ ਸਹੀ ਪ੍ਰੋਨਾਊਂਸ ਕੀ ਕਰਦੇ ਹੈ? ਇੰਜੀਨੀਅਰ, ਇੰਜੀਨੀਅਰ ਕਰਦੇ ਹੈ, ਸ਼ੋਰ। ਗਾਣਾ ਉਹਦਾ ਕੋਈ, ਮੰਮੀ ਨੇ ਕਦੀ ਕਿਹਾ ਹੋਵੇ ਵੀ ਆਹ ਕੰਮ ਕਰ ਪੁੱਤ, ਤੁਸੀਂ ਮਨਾ ਕੀਤਾ ਮੈਂ ਨਹੀਂ ਮੰਮੀ ਕਰਨਾ, ਜਾਂ ਡੈਡੀ ਨੇ ਕਦੀ ਕਿਹਾ ਵੀ ਆਹ ਕਰ ਲਓ ਤੁਸੀਂ ਕੰਮ ਨਹੀਂ ਕਰਨਾ? ਕਦੀ ਨਹੀਂ ਇੱਦਾਂ ਹੋਇਆ? ਮੰਮੀ ਨੇ ਕਹਿੰਦਾ ਪੋਚੇ ਲਾਓ ਤੇ ਚੱਕ ਪੋਚੇ? ਨਹੀਂ, ਕਹਿੰਦੇ ਹੀ ਨਹੀਂ। ਅੱਛਾ, ਕਹਿੰਦੇ ਹੀ ਨਹੀਂ ਹੈ? ਮੰਮੀ ਸਿਆਣੀ ਹੈ, ਹੈ ਕਿੰਨੀ ਕੁ ਸਿਆਣੀ ਮੰਮੀ, ਡਰਦੀ ਕਹੀ ਜਾਂਦੀ ਟੀ ਵੀ 'ਤੇ ਆਉਣਾ, ਮੰਮੀ ਨੇ ਕੁੱਟ ਦੇਣਾ ਨਹੀਂ ਤੇ, ਜਿਵੇਂ ਹੁਣੇ ਕਹਿੰਦਾ ਨਾ ਮੰਮੀ ਨਹੀਂ ਸਿਆਣੀ, ਤਾਂ ਘਰੇ ਮੰਮੀ ਨੇ ਬਾਹਲੇ ਤਲ ਲਾ ਦੇਣਾ, ਚੱਲ ਬਾਹਰ। ਅੱਛਾ, ਇੱਦਾਂ ਦੀ ਗੱਲ ਨਹੀਂ ਹੈ, ਠੀਕ ਹੈ, ਥੈਂਕ ਯੂ ਸੋ ਮਚ, ਥੈਂਕ ਯੂ। ਠੀਕ ਠਾਕ ਹੋ ਜੀ? ਕੀ ਨਾਮ ਤੁਹਾਡਾ? ਖੁਸ਼ੀ। ਖੁਸ਼ੀ, ਹਾਂਜੀ, ਖੁਸ਼ੀ, ਖੁਸ਼ੀ, ਖੁਸ਼ੀ ਸਕੇਅਰ, ਹੈ ਨਾ, ਖੁਸ਼ੀ ਨਾਲ ਖੁਸ਼ੀ ਕੱਟੀ ਤਾਂ ਬਚਾਏਗੀ। ਸਕੇਪ, ਇਹ ਵੀ ਠੀਕ ਹੈ। POEM ਪੋਇਮ, ਪੋਇਮ, ਹਾਂਜੀ, ਉਹ ਕਹਿੰਦੇ ਪੋਇਮ, ਤੁਸੀਂ ਕਹਿੰਦੇ ਪੋਇਮ, ਪੋਇਮ, ਉਹ ਪੋਇਮ ਤਾਂ ਤੁਸੀਂ ਪੋਇਮ ਕਹਿਤਾ, ਨਹੀਂ ਇਹ ਵੀ ਗਲਤ ਹੈ। ਮੈਨੂੰ ਪਤਾ ਨਾ ਗਲਤ ਹੈ, ਤੁਸੀਂ ਗਲਤ ਪੜ੍ਹੀ ਜਾ ਰਹੇ ਹੋ, ਨਹੀਂ ਮੈਂ ਦੱਸ ਕੇ ਲਾਸਟ ਦੱਸ ਕੇ ਜਾਊਂਗਾ ਸਾਰਿਆਂ ਨੂੰ ਵੀ ਇਹਦਾ ਸਹੀ ਪ੍ਰੋਨਾਊਂਸੇਸ਼ਨ ਕੀ ਹੈ। ਗਾਣਾ ਆਉਂਦਾ ਕੋਈ? ਡਾਂਸ ਆਉਂਦਾ, ਕਰੋਗੇ ਹੁਣੇ? ਹਾਂ, ਸ਼ੋਰ। ਅੱਛਾ, ਬਹੁਤ ਸਾਰਾ ਡਾਂਸ ਸਿੱਖਿਆ ਤੁਸੀਂ ਕਿ ਉਦਾਂ ਹੀ ਟੀਵੀ ਤੋਂ ਦੇਖ ਕੇ ਪਰਫਾਰਮ ਕਰ ਲੈਂਦੇ ਹੋ? ਆਪਣੇ ਆਪ ਹੀ। ਅੱਛਾ, ਆਪਣੇ ਵੀ। ਤੁਸੀਂ ਕੋਈ ਸੋਚਿਆ ਲਾਈਫ ਦੇ ਵਿੱਚ ਵੀ ਆਹ ਮੈਂ ਨਹੀਂ ਕਰਨਾ? ਗਲਤ ਕੰਮ ਨਹੀਂ ਕਰਨੇ, ਮਤਲਬ ਗਲਤ ਕੰਮ ਕੋਈ ਨਹੀਂ ਕਰਨਾ, ਮਤਲਬ ਕਿ ਇੱਜ਼ਤ ਨਹੀਂ ਦਬਾਉਣੀ। ਓਕੇ, ਉਹ ਤਾਂ ਬਹੁਤ ਬਹੁਤ ਅੱਛੀ ਗੱਲ ਹੈ, ਕਲੈਪਿੰਗ ਲੜਕੀ ਲਈ, ਬਹੁਤ ਅੱਛੀ ਗੱਲ ਹੈ।
ਕੋਈ ਹੋਰ ਤੇ ਸੋਚਿਆ ਕੀ ਹੈ ਬੰਨਾ ਕੀ ਹੈ ਲਾਈਫ ਦੇ ਵਿੱਚ ਬੰਨਾ ਮਤਲਬ ਡਾਂਸ ਅਕੋਰਡਿੰਗ ਤੇ ਮੈਂ ਕੋਰੀਓਗ੍ਰਾਫ ਬੰਨਾ ਚਾਹੁੰਦੀ ਹਾਂ ਓਕੇ ਤੇ ਸਟੱਡੀ ਦੇ ਅਕੋਰਡਿੰਗ ਆਫਿਸ ਤੋਂ ਮਤਲਬ ਕੋਈ ਨਾ ਕੋਈ ਹੋਵੇ ਕੀ ਕੀ ਆਫਿਸ ਕਿੱਦਾਂ ਦਾ ਆਫਿਸ ਹੋਵੇ ਕਿ ਬੈਠ ਕੇ ਸੋਚੀ ਜਾਣਾ ਵੀ 2 ਲੱਖ ਰੁਪਏ ਦੀ ਨੌਕਰੀ ਸੋਚਣੀ ਹੈ ਤੇ 2 ਲੱਖ ਬਸ ਸਾਰ ਦੇ ਨਹੀਂ ਸੋਚ ਰਿਹਾ 2 ਲੱਖ ਆਉਣਾ ਕਿੱਥੋਂ ਹੈ ਆਈਪੀਐਸ ਬੰਨਾ ਆਈਪੀਐਸ ਕਿਹਾ ਤੁਸੀਂ ਪਹਿਲੇ ਆਈਪੀਐਸ ਆਫਿਸਰ ਬੰਨਾ ਤੁਸੀਂ ਇੰਨਾ ਪੜ੍ਹ ਲੈਂਦੇ ਹੋ ਹਾਂਜੀ ਇੰਨਾ ਕੋਸ਼ਿਸ਼ ਕਰੀਦੀ ਆ ਅੱਛਾ ਮੰਨ ਕੇ ਤੁਸੀਂ ਆਈਪੀਐਸ ਬਣ ਗਏ ਜੇ ਤੁਹਾਨੂੰ ਇੱਥੇ ਲਗਾਤਾ ਜਾਵੇ ਫਾਜ਼ਿਲਕਾ ਵਿੱਚ ਤੁਹਾਨੂੰ ਆਈਪੀਐਸ ਅਪੁਆਇੰਟ ਕਰਦਾ ਜਾਵੇ ਸਭ ਤੋਂ ਪਹਿਲਾ ਕੰਮ ਕੀ ਹੋਏਗਾ ਤੁਹਾਡਾ ਨਸ਼ਾ ਖਤਮ ਕਰਨਾ ਰੋਕਣਾ ਨੀ ਨਸ਼ਾ ਖਤਮ ਕਰਨਾ ਬਿਲਕੁਲ ਠੀਕ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਤੁਸੀਂ ਇੰਜੋਏ ਕਰ ਰਹੇ ਜੀ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਬਰਜਾਂਚ ਮਸਤੀ ਕੈਂਪਸ ਦੀ ਮੈਂ ਪਹੁੰਚਿਆ ਜੀ ਐਸਕੇਬੀ ਡੀਏਵੀ ਸਕੂਲ ਫਾਜ਼ਿਲਕਾ ਦੇ ਵਿੱਚ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਸਤੀ ਕੈਂਪਸ ਦੀ ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ ਵਿਦਆਊਟ ਐਕਸਰਸਾਈਜ਼ ਵਿਦਆਊਟ ਮੈਡੀਸਿਨ ਵਿਦਆਊਟ ਐਨੀ ਸਾਈਡ ਇਫੈਕਟਸ ਇੱਕ ਮਹੀਨੇ ਵਿੱਚ 5 ਤੋਂ 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ ਸਿੰਗਲਾ ਸਲਿਮਿੰਗ ਕਲੀਨਿਕ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. जब सेहत की बात होगी तो पुखराज एलोवेरा से शुरुआत होगी शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट मिल गया ना अच्छी सेहत का राज पुखराज ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ ਮਸਤੀ ਕੈਂਪਸ ਦੀ ਵੈਲਕਮ ਬੈਕ ਤੁਹਾਡਾ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਬਰਜਾਂਚ ਮਸਤੀ ਕੈਂਪਸ ਦੀ ਮੈਂ ਪਹੁੰਚੇ ਹਾਂ ਜੀ ਐਸ ਕੇ ਬੀ ਡੀ ਏ ਵੀ ਸਕੂਲ ਫਾਜ਼ਿਲਕਾ ਦੇ ਵਿੱਚ ਆਓ ਕਰਦੇ ਅੱਗੇ ਪ੍ਰੋਗਰਾਮ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਪੜ੍ਹਾਈ ਕਿੱਦਾਂ ਚੱਲਦੀ ਹੈ ਗਾਣਾ ਆਉਂਦਾ ਕੋਈ ਭੰਗੜਾ ਆਉਂਦਾ ਆ ਸਿੱਖਿਆ ਕਿ ਉਦਾਂ ਹੀ ਮਲਟੀ ਲੈਂਡ ਜਿਵੇਂ ਕਹਿੰਦੇ ਵੇਖ ਕੇ ਟੀਵੀ ਤੋਂ ਵੇਖਿਆ ਤੇ ਸਿੱਖ ਲਿਆ ਪੰਜਾਬੀ ਗਾਣੇ ਤੇ ਕਰੋਗੇ ਹਿੰਦੀ ਕਿ ਇੰਗਲਿਸ਼ ਤੇ ਪੰਜਾਬੀ ਤੇ ਕਰੋਗੇ ਅੱਛਾ ਪੀ ਓ ਈ ਐਮ ਨੂੰ ਕੀ ਕਹਿੰਦੇ ਆ ਪੋਇਮ ਪੋਇਮ ਕੁੜੀ ਕਹਿੰਦੀ ਸੀ ਪੋਇਮ ਇੰਟੈਲੀਜੈਂਟ ਕੌਣ ਆ ਤੁਸੀਂ ਇੰਟੈਲੀਜੈਂਟ ਕਿ ਇੰਟੈਲੀਜੈਂਟ ਆ ਦੋਵੇਂ ਅੱਛਾ ਬੀ ਓ ਡਬਲਯੂ ਐਲ ਬਾਊਲ ਬਾਊਲ ਨਹੀਂ ਕੁਛ ਹੋਰ ਹੁੰਦਾ ਪੌਣ ਤੂੰ ਸੁਗੰਧ ਮੈਂ ਰੰਗ ਮੈਂ ਉਹ ਕੌਣ ਤੂੰ ਸੁਗੰਧ ਮੈਂ ਪਾਣੀ ਤੂੰ ਰੰਗ ਮੈਂ ਰੇਸ਼ਮਾਂ ਦੀ ਗੱਦ ਲੈਣੀ ਤਾਲ ਬੇਲ
ਸਾਡਾ ਬਾਜੂ ਫੱਟ ਬੱਲੀਏ ਬਹੁਤ ਸੋਹਣਾ ਭੰਗੜਾ ਮਤਲਬ ਅੱਛਾ ਲੱਗਿਆ ਇੰਜੋਏ ਵੀ ਕੀਤਾ ਬੜਾ ਸੋਹਣਾ ਪਾਉਂਦੇ ਅੱਛਾ ਦੋ ਦਾ ਪਹਾੜਾ ਹੁੰਦਾ ਹੁਣ ਤਾਂ ਸਾਹ ਚੜਿਆ ਪਿਆ ਸੁਣਾਓਗੇ ਹਾਂਜੀ ਸੁਣਾ ਦੋ ਫਿਰ ਪੰਜਾਬੀ ਸੁਣਾ ਦੇ ਪੰਜਾਬੀ ਸੁਣਾ ਦੇ ਕੋਈ ਨਹੀਂ ਅੱਛਾ ਇੰਗਲਿਸ਼ ਹੀ ਆਉਂਦਾ ਹਾਏ ਹਾਏ ਆ ਤਾਂ ਯਾਰ ਮਜ਼ਾ ਆ ਗਿਆ ਚਲੋ ਆ ਦੋ ਦਾ ਪੜਾ ਸੁਣਾ ਫਿਰ ਮੈਨੂੰ 2 2 4 2 2 4 8 2 5 10 2 6 12 ਸੁਣਾ ਫਿਰ ਚੜ ਗਿਆ 9 ਦਾ ਮੁਸ਼ਕਲ ਹੈ ਸਤਿ ਸ਼੍ਰੀ ਅਕਾਲ ਠੀਕ ਠਾਕ ਤੇ ਪੜ੍ਹਾਈ ਕਿੱਦਾਂ ਚੱਲਦੀ ਹੈ ਬਹੁਤ ਚੱਲਦੀ ਪਰਫੋਰਮ ਕਰੀਆਂ ਕੁਛ ਕਿਉਂ ਨਾ ਨਹੀਂ ਨਹੀਂ ਕਰਦੇ ਯਾਰ ਕਿਉਂ ਸ਼ਰਮ ਆਉਂਦੀ ਹੈ ਕਿਹਦੇ ਕੋਲੋਂ ਮੇਰੇ ਕੋਲੋਂ ਮੈਂ ਉਹ ਕੁੰਡ ਕੱਢ ਲੈਂਦਾ ਫਿਰ ਰੱਖਿਆ ਕਰ ਲੇਗਾ ਪਰਫੋਰਮ ਆ ਜਾਂਦੇ ਐਂ ਨਾ ਕਰ ਮੇਰਾ ਵੀਰ ਹੀ ਨਿੱਕਾ ਜਿਹਾ ਡਾਂਸ ਆਉਂਦਾ ਭੰਗੜਾ ਆਉਂਦਾ ਗਾਣਾ ਆਉਂਦਾ ਕੀ ਹੈ ਮੈਨੂੰ ਦੱਸ ਕੁਛ ਵੀ ਨੀ ਆਉਂਦਾ ਅੱਛਾ ਮੰਮਾ ਕੁੱਟਦੇ ਹੁੰਦੇ ਆ ਕਿੰਨਾ ਕੁ ਕਿਉਂ ਕੁੱਟਦੇ ਮੰਮਾ ਕਿਹੜੇ ਕੰਮ ਪਿੱਛੇ ਸ਼ਰਾਰਤਾਂ ਕਰਦਾ ਕੀ ਸ਼ਰਾਰਤਾਂ ਕਰਦਾ ਨਾ ਛੋਟੀ ਕਲਾਸ ਚ ਅਜੇ ਤੇ ਤੂੰ ਤਾਂ ਫਿਰ ਨਿੱਕੀ ਹੋ ਕੇ ਮੈਂ ਲੜਦੀ ਹੋਊਗੀ ਢਾ ਲੈਂਦੀ ਐਵੇਂ ਐਵੇਂ ਢਾ ਲੈਂਦੀ ਹੈ ਅੱਛਾ ਠੀਕ ਹੈ ਤੇ ਪੀ ਓ ਈ ਐਮ ਨਹੀਂ ਪੋਮ ਨਹੀਂ ਪੀ ਓ ਈ ਐਮ ਪੋਇਮ ਨਹੀਂ ਪੋਇਮ ਕੁਛ ਹੋਰ ਕਹਿੰਦੇ ਇਹਨੂੰ ਚੱਲ ਜੀ ਠੀਕ ਠਾਕ ਹੋ ਪੜ੍ਹਾਈ ਵਧੀਆ ਚੱਲਦੀ ਹੈ ਓਕੇ ਤੇ ਕੀ ਪਰਫਾਰਮ ਕਰੋਗੇ ਸੌਂਗ ਪੰਜਾਬੀ ਕਿ ਹਿੰਦੀ ਇੰਗਲਿਸ਼ ਆਈ ਯੂਸ ਟੂ ਬਾਈਟ ਮਾਈ ਟੰਗ ਐਂਡ ਹੋਲਡ ਮਾਈ ਬ੍ਰੈਥ ਗੈਟ ਟੂ ਰੌਕ ਦ ਬੋਟ ਐਂਡ ਮੇਕ ਅ ਮੈਸ ਸੋ ਹਾਰਡ ਟੂ ਕੁਆਇਟਲੀ ਆਈ ਹੈਵ ਬੀਨ ਪੋਲਾਈਟਲੀ ਆਈ ਗੈਸ ਦੈਟ ਆਈ ਫੋਰਗਾਟ ਆਈ ਹੈਡ ਅ ਚੋਇਸ ਆਈ ਲੈਟ ਯੂ ਪੁਸ਼ ਮੀ ਪਾਸਟ ਦ ਬ੍ਰੇਕਿੰਗ ਪੁਆਇੰਟ ਆਈ ਸਟੂਡ ਫੋਰ ਨਾਟ ਅ ਥਿੰਗ ਸੋ ਆਈ ਫੈਲ ਫੋਰ ਐਵਰੀਥਿੰਗ You held me down, but I got up here Already brushing off the dust You hear my voice, you hear that sound Like thunder gonna shake the ground You held me down, but I got up here Get ready, cause we've had enough I see it all, I see it now I got the eye of the tiger A fighter dancing through the fire Cause I am a champion And you're gonna hear me roar And you're gonna
थैंक यू सो मच बी ओ डब्ल्यू एल नहीं बी ओ बी ओ डब्ल्यू एल दोबारा बोलियो की कीता बॉल 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 बिल्कुल राइट आंसर है बॉल क्लैपिंग है कुड़ी ली जोर दी क्लैपिंग भी आंसर सही दिता उन्हें हाँ बी ओ डब्ल्यू एल प्रोनाउंस करन दे विच हुंदा बॉल प्रोनाउंस की हुंदा बॉल सो एक वर्ड सीगा पी ओ ई एम जिन्हों आप नॉर्मली सारे बोलते हैं पोएम बोलते ना पोयम पर हुंदा की है पोयम पोयम सर पोयम पी ओ ई ई एम ना पोयम बोलना इनू पोयम नहीं पोयम ठीक है और बॉल दा बॉल दसता उन्होंने इंजीनियर मैं क्या सीगा इनू कहते इंजीनियर 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 नहीं बोलना किसी ने इंजीनियर हुंदा इंजीनियर ठीक है जी और इदा देखो इदा सारे वर्ड्स मैनू भी पता है क्योंकि साढ़े जिहड़े ब्रिलियंस इंस्टीट्यूट है इन्हां दा एक न्यूज़पेपर है मैं तुहानू दिखाउणा न्यूज़पेपर यह न्यूज़पेपर है ब्रिल्स इंस्टीट्यूट का जिहड़ा इन्हां वल्लों पब्लिश हुंदा आ थोड़ी सिटी विच भी आया हुंदा आ इहदे विच सब तो वड्डी गल है कि इहदे विच जिन्नियां भी न्यूज़ आ सारियां हिंदी इंग्लिश विच ने पर ट्रांसलेट कीतियां हुंदियां हिंदी विच जां तुहानू कंफर्टेबल हुंदा पढ़न दे लई जिहड़े औखे शब्दां दे वर्ड्स सारे उहदे मीनिंग और किदां प्रोनाउंस करना आ सारी चीज़ मैनशन की हुंदी आ ठीक है जी ओके थैंक यू सो मच जी सो तुसीं इंजॉय कर रहे जी अपना फेवरेट शो ब्रिल्स प्रजेंट्स मस्ती कैंपस की मैं पहुंचा जी एस के बी डी ए वी स्कूल फाजिलका दे विच होप तुसीं बहुत इंजॉय किया होना शो नूं हुण मिलांगा जी नवीं जगह ते नवे नवे बच्चे नाल फिर करांगे बहुत सारियां मस्तियां मैनूं दे इजाजत सत श्री अकाल ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ ਵਿਦਆਊਟ ਐਕਸਰਸਾਈਜ਼ ਵਿਦਆਊਟ ਮੈਡੀਸਿਨ ਵਿਦਆਊਟ ਐਨੀ ਸਾਈਡ ਇਫੈਕਟਸ ਇੱਕ ਮਹੀਨੇ ਵਿੱਚ 5 ਤੋਂ 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ ਸਿੰਗਲਾ ਸਲਿਮਿੰਗ ਕਲੀਨਿਕ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. जब सेहत की बात होगी तो पुखराज एलोवेरा से शुरुआत होगी शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट मिल गया ना अच्छी सेहत का राज पुखराज ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ